सभी का स्वागत है दोस्तों, मेरा सभी वाला हाजिर हो चुका हूँ एक और वीडियो के साथ। और इस वक्त हम खड़े हैं सिलौरा अनाज मंडी में, जहाँ पर आज शेर गुरु साहब जी का शहादत दिवस समागम यहाँ पर आयोजित किया गया है। समर्पित ये समागम है, 320वें शहादत समागम है। इस वक्त हमारे साथ मौजूद है हरियाणा गुरुद्वारा प्रबंधक कमेटी के जनरल सेक्रेटरी रवनीत सिंह मान। आज सिलौरा अनाज मंडी में जो प्रोग्राम है उसको लेकर जानकारी लेंगे। जी सर। हाँ जी सर, आज क्या कार्यक्रम है? वाहेगुरु जी का खालसा, वाहेगुरु जी की फतेह। ਧੰਨ 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 ਸਾਹਿਬ ਸ੍ਰੀ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਅਜ਼ੀਜ਼ ਮਿੱਤਰ, ਉਹਨਾਂ ਦੇ ਦੋਸਤ, ਉਹਨਾਂ ਦੇ ਲਖ ਤੇ ਜਿਗਰ, ਸਡੋਰੀ ਤੇ ਧਰਤੀ ਦੇ ਵਸਨੀਕ ਧੰਨ ਧੰਨ ਪੀਰ ਬਿੱਧੂ ਸ਼ਾਹ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅੱਜ ਇਸ ਗੁਰਮਤ ਸਮਾਗਮ ਵਿੱਚ ਅਸੀਂ ਸ਼ਾਮਿਲ ਹੋਣ ਸਾਰੇ ਆਏ ਆ। ਲੋਕਲ ਟੀਮ ਸਡੋਰੇ ਦੀ ਪੀਰ ਬਿੱਧੂ ਸ਼ਾਹ ਪ੍ਰੋਡਕਸ਼ਨ ਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਦੇ ਨਾਲ ਇਹ ਗੁਰਮਤਿ ਸਮਾਗਮ ਹੋ ਰਿਹਾ, ਜਿਹਦੇ ਚ ਪੰਥ ਪ੍ਰਸਿੱਧ ਕਥਾ ਵਾਚਕ ਕੀਰਤਨੀ ਜਥੇ ਕਮਿਸ਼ਨ ਸ਼ਾਮਿਲ ਹੋ ਰਹੇ ਹਨ। ਸੋ ਇੱਕ ਬਹੁਤ ਖੁਸ਼ੀ ਦੀ ਗੱਲ ਹੈ ਕਿ ਸਡੋਰੇ ਦੀ ਧਰਤੀ ਨੂੰ, ਇਸ ਧਰਤੀ ਨੂੰ ਜਿਹਨੂੰ ਦਸਮ ਪਿਤਾ ਗੁਰੂ ਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਭਾਗ ਲਾਏ ਆ, ਤੇ ਇਹ ਉਹ ਧਰਤੀ ਆ ਜਿੱਥੋਂ ਉਹਨਾਂ ਦੇ ਯਾਰ ਧੰਨ ਧੰਨ ਪੀਰ ਬਿੱਧੂ ਸ਼ਾਹ ਜੀ ਨੇ ਆਪਣੇ ਪਰਿਵਾਰ ਦਾ, ਆਪਣਾ ਆਪ ਦਾ ਪਰਿਵਾਰ ਵਾਰ ਕੇ, ਆਪਣੇ ਆਪ ਨੂੰ ਵਾਰ ਕੇ ਆਪਣੀ ਯਾਰੀ ਨਿਭਾਈ ਆ, ਆਪਣੀ ਦੋਸਤੀ ਨਿਭਾਈ ਆ। ਸੋ ਅੱਜ ਇਸ ਗੁਰਮਤ ਸਮਾਗਮ ਚ ਸਾਰੇ ਇਕੱਤਰ ਹੋਏ ਆ ਜੀ। ਕੀ ਪੂਰੇ ਹਰਿਆਣਾ ਦੇ ਜਾਂ ਪੂਰੇ ਦੇਸ਼ ਵਿੱਚ ਇਸ ਤਰ੍ਹਾਂ ਅੱਜ ਸ਼ਹੀਦੀ ਦਿਵਸ ਮਨਾਇਆ ਜਾ ਰਿਹਾ ਹੈ? ਛਡੋਲਾ ਚੁੰਕਿ ਪੀਰ ਬਿੱਧੂ ਸ਼ਾਹ ਜੀ ਦੀ ਧਰਤੀ ਆ, ਤੇ ਪੀਰ ਬਿੱਧੂ ਸ਼ਾਹ ਜੀ ਦਾ ਅਸਲ ਜਿਹੜਾ ਸ਼ਹੀਦੀ ਦਿਹਾੜਾ ਉਹ 21 ਮਾਰਚ ਨੂੰ ਹੋਇਆ, ਤੇ 21 ਮਾਰਚ ਨੂੰ ਪੂਰੇ ਹਰਿਆਣੇ ਚ ਵੱਖ ਵੱਖ ਥਾਵਾਂ ਤੇ ਉਹਨਾਂ ਦੀ ਯਾਦ ਦੇ ਵਿੱਚ ਇਹ ਜੇ ਪ੍ਰੋਗਰਾਮ ਮਨਾਏ ਗਏ ਆ। ਪਰ ਚੁੰਕਿ ਛਡੋਰੇ ਦੇ ਵਿੱਚ ਉਚੇਜੇ ਤੌਰ ਤੇ ਵੱਡੇ ਪੱਧਰ ਤੇ ਦਿਹਾੜਾ ਮਨਾਉਣਾ ਸੀ, ਇਸ ਕਰਕੇ ਅੱਜ ਦੀ ਤਰੀਕ 30 ਮਾਰਚ ਤੈਅ ਕੀਤੀ ਗਈ। ਇਹ ਹਰ ਸਾਲ ਇਸ ਤਰ੍ਹਾਂ ਹੀ ਮਨਾਇਆ ਜਾਂਦਾ ਹੈ। ਇਹ ਜਿਹੜਾ ਪ੍ਰੋਗਰਾਮ ਹੈ ਉਹ ਸਰਦਾਰ ਵਿਦਰ ਸਿੰਘ, ਹਰਪ੍ਰੀਤ ਸਿੰਘ ਜੀ ਜੰਗੀ ਜਮੁਨਾ ਨਗਰ ਤੋਂ, ਸਾਡੇ ਮੈਂਬਰ ਗੁਰਬਖਸ਼ ਸਿੰਘ ਜੀ, ਇਹ ਸਾਰੇ ਪੀਰ ਬਿੱਧੂ ਸ਼ਾਹ ਪ੍ਰੋਡਕਸ਼ਨ ਇਹ ਰਲ ਕੇ ਲੋਕਲ ਟੀਮਾਂ ਰਲ ਕੇ ਬਣਾਉਂਦੀ ਹੈ। ਇਹ ਹਰ ਸਾਲ ਪ੍ਰੋਗਰਾਮ ਹੁੰਦਾ। ਜੇ ਲਾਈਏ ਤੋੜ ਨਿਭਾਈਏ ਤੇ ਕਹਿੰਦੇ ਸੂਰਾ ਸੋ ਪਹਿਚਾਨੀ ਹੈ ਜੋ ਲੜੇ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੇ ਕਬਹੁ ਨਾ ਛਾਡੇ ਖੇਤ। ਸੋ ਉਸ ਗੱਲ ਨੂੰ ਸਿੱਧ ਕਰਦਿਆਂ, ਸਾਬਤ ਕਰਦਿਆਂ ਪੀਰ ਬਿੱਧੂ ਸ਼ਾਹ ਜੀ ਨੇ ਆਪਣੇ ਪਰਿਵਾਰ ਦੀ ਕੁਰਬਾਨੀ ਦੀ, ਭੰਗਾਨੀ ਦੇ ਯੁੱਧ ਦੇ ਵਿੱਚ ਆਪਣੇ ਮੁਰੀਦਾਂ ਦੇ ਨਾਲ, ਆਪਣੇ ਪਰਿਵਾਰ ਦੇ ਨਾਲ ਜੰਗ ਲੜੀ ਹੈ, ਉਹਦੇ ਚ ਉਹਨਾਂ ਦੇ ਦੋ ਬੇਟੇ ਸ਼ਹੀਦ ਹੋਏ ਆ। ਬੜੀ ਵੱਡੀ ਕੁਰਬਾਨੀ ਇਸ ਪਰਿਵਾਰ ਦੀ ਤੇ ਸਿੱਖ ਕੌਮ ਜਿਹੜੀ ਹੈ, ਸਿੱਖ ਕੌਮ ਉਹਨਾਂ ਦਾ ਆਸਾਨ, ਉਹਨਾਂ ਦੀ ਕੁਰਬਾਨੀ ਨੂੰ ਮੰਨਦੀ ਹੈ, ਪਛਾਣਦੀ ਹੈ।
सबीर सिंह जंगी हमारे साथ उनसे भी जानेंगे आज के इस दिन का क्या महत्व सिखों के लिए होता है। बाकी सात संत इलाका निवासी सात संतों के सहयोग से हो रहा है प्रोग्राम जो हर साल का जो शहीदी समागम इस सदोरे की धरती पर मनाया जाता है, क्योंकि हमारे सिख धर्म में वीर बुद्धू शाह जी को बहुत ऊंचा जो है स्थान दिया गया है, क्योंकि उन्होंने गुरु गोबिंद सिंह महाराज जी का साथ देते हुए सच का साथ देते हुए उन्होंने अपना सारा जो अपना परिवार है और धर्म सच जो है उसके लिए अपना कुर्बान किया। दोस्तों इस वक्त हमारे साथ मौजूद है नवतेज सिंह जी, वीर बुद्धू शाह गुरुद्वारा प्रबंधक कमेटी सढौरा के मेंबर है, सेवादार है। आज जो शहीदी समागम यहाँ सढौरा अनाज मंडी में मनाया जा रहा है, इसी को लेकर उनसे भी कुछ जानकारी लेंगे। क्या कुछ कहना चाहेंगे सर आज? ਇਹ ਜਿਹੜਾ ਪ੍ਰੋਗਰਾਮ ਹੋਇਆ ਜੀ ਇਹ ਆਪਣੇ ਪੀਰ ਬੁੱਧੂ ਸ਼ਾਹ ਦੀ ਯਾਦ ਵਿੱਚ ਮਨਾਇਆ ਜਾ ਰਿਹਾ, ਜਿਹਨਾਂ ਦੇ ਬਹੁਤ ਵੱਡੇ ਕੁਰਬਾਨੀ ਹੈ। ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਬੜੇ ਸੱਚੇ ਸੇਵਕ ਹੋਏ ਆ ਅਤੇ ਆਪਣੇ ਪਰਿਵਾਰ ਦੀ ਕੁਰਬਾਨੀ ਦਿੱਤੀ ਆ, ਅਤੇ ਸੰਗਤਾਂ ਉਹਨਾਂ ਦੀ ਯਾਦ ਵਿੱਚ ਬੜੇ ਉਤਸ਼ਾਹ ਨਾਲ ਮਨਾ ਰਹੀਆਂ, ਅਤੇ ਹਜ਼ਾਰਾਂ ਸੰਗਤਾਂ ਦਾ ਇਕੱਠਾ ਤੁਸੀਂ ਦੇਖ ਰਹੇ ਹੋ, ਬੜੇ ਉਤਸ਼ਾਹ ਨਾਲ ਆ ਰਹੇ ਨੇ, ਬੜੇ ਇੱਕ ਪ੍ਰੇਮ ਪਿਆਰ ਬਣਿਆ ਹੋਇਆ ਹੈ, ਅਤੇ ਭਾਈਚਾਰੇ ਦਾ ਬੜਾ ਸਲਾਮ ਤਾਂ ਸਭ ਨੂੰ ਬਹੁਤ ਬਹੁਤ ਵਧਾਈਆਂ। ਅਤੇ ਇਸੇ ਤਰ੍ਹਾਂ ਇਹ ਸੰਗਤ ਨੂੰ ਅਪੀਲ ਕਰਦੇ ਹਾਂ ਕਿ ਵੱਧ ਤੋਂ ਵੱਧ ਇਕੱਠ ਹੋ ਕੇ ਆਪਣੇ ਏਕਤਾ ਦਾ ਪ੍ਰਦਰਸ਼ਨ ਕੀਤਾ ਜਾਏ ਜੀ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਿੰਦੂ ਮੁਸਲਿਮ ਸਿੱਖ ਏਕਤਾ ਦੇ ਭਾਈਚਾਰਕ ਮਹਾਨ ਸੂਫੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਰਮ ਸੇਵਕ ਧੰਨ ਧੰਨ ਪੀਰ ਬੁੱਧੂ ਸ਼ਾਹ ਜੀ ਦੀ ਜੋ ਸ਼ਹਾਦਤ ਦਾ ਜੋ ਦਿਨ ਜੋ ਸੀ 320 ਸਾਲ ਪੁਰਾਣਾ, ਜਦੋਂ ਕਿ 21 ਮਾਰਚ 1704 ਨੂੰ ਪੀਰ ਬੁੱਧੂ ਸ਼ਾਹ ਜੀ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜੋ ਹੱਕ ਅਤੇ ਸੱਚ ਲਈ ਜਿਹਨਾਂ ਨੇ ਸਾਥ ਦਿੱਤਾ ਉਹਦੇ ਇਹ ਜੋ ਕਿ ਉਹਨਾਂ ਨੂੰ ਸ਼ਹਾਦਤ ਦੇਣੀ ਪਈ, ਅੱਜ ਉਸ ਦਿਨ ਨੂੰ ਆਪਾਂ ਸਾਰੀ ਗੁਰੂ ਨਾਨਕ ਨਾਮ ਲੇਵਾ ਸੰਗਤ ਸਢੌਰਾ ਵਿਖੇ ਇਸ ਦਿਨ ਨੂੰ ਮਨਾ ਰਹੇ ਹੁੰਦੇ ਹਨ। ਜਿਹੜੀ ਕੌਮਾਂ ਆਪਣੇ ਸ਼ਹੀਦਾਂ ਨੂੰ ਭੁੱਲ ਜਾਂਦੀਆਂ ਹਨ ਉਹ ਜ਼ਿਆਦਾ ਦੇਰ ਤੱਕ ਹੁੰਦੀ ਵਿੱਚ ਨਹੀਂ ਰਹਿੰਦੀਆਂ, ਇਸ ਲਈ ਆਪਾਂ ਉਹਨਾਂ ਦਾ ਦਿਨ ਉਹਨਾਂ ਨੂੰ ਯਾਦ ਕਰਨਾ ਸਾਡੇ ਲਈ ਬੜੀ ਬੇਹੱਦ ਹੈ। ਵਾਹਿਗੁਰੂ ਜੀ।